ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਅੱਜ ਪਹੁੰਚੇ ਹਾਂ ਪਿੰਡ ਬੁਰਜ ਨੱਥੂਕੇ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ। ਬਾਈ ਹੈਪੀ ਦੇ ਕੋਲ ਆਏ ਹਾਂ ਦੋਸਤੋ। ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ, ਪਸ਼ੂ ਵਪਾਰ ਦਾ ਕੰਮ ਆ, ਪਸ਼ੂ ਇਸੇ ਤਰ੍ਹਾਂ ਇਸ ਘਰ ਆਉਂਦੇ ਰਹਿੰਦੇ ਆ ਡੇਲੀ ਰੂਟੀਨ ਦੇ ਵਿੱਚ। ਅੱਜ 16 ਫਰਵਰੀ ਆ ਦੋਸਤੋ ਤਰੀਕ, ਤੁਸੀਂ ਨੋਟ ਕਰ ਲਓ ਸਮਾਂ ਕੋਈ ਮੋਰਨਿੰਗ ਦੇ 11:30 ਵਜੇ ਦਾ। ਬਾਕੀ ਜਿੰਨੇ ਪਸ਼ੂ ਵੀ ਦਿਖਾਉਣੇ ਆ ਦੋਸਤੋ, ਹਰ ਵਾਰ ਇੱਕ ਰਿਕੁਐਸਟ ਬੇਨਤੀ ਹੁੰਦੀ ਆ ਆਪਣੀ ਸਾਰੇ ਖਰੀਦਦਾਰ ਵੀਰਾਂ ਦੇ ਅੱਗੇ, 2 ਟਾਈਮ ਚਵਾਈ ਤਸੱਲੀ ਜ਼ਰੂਰ ਕਰ ਲਿਆ ਕਰੋ। ਜਿਹੜਾ ਕੋਈ ਵੀਰ ਸੋਇਆ ਸੋਇਆ ਪਸ਼ੂ ਲੈ ਕੇ ਜਾਂਦਾ, ਗੱਭਣ ਪਸ਼ੂ ਹੁੰਦਾ ਦੋਸਤੋ, ਆਪਦੀ ਚਹੁੰ ਥਣਾਂ ਦੀ ਤਿੱਪ ਕੇ ਭਰਾ ਕੇ ਆਪਦੀ ਤਸੱਲੀ ਕਰਕੇ, ਠੀਕ ਆ ਜੀ, ਨਰਕ ਪਰਖ ਕਰ ਲਿਆ ਕਰੋ। ਆਓ ਲੈਂਦੇ ਹਾਂ ਡਿਟੇਲ, ਬਾਈ ਹੈਪੀ ਤੋਂ ਪੁੱਛਦੇ ਹਾਂ ਕੀ ਡਿਟੇਲ ਨੇ ਅੱਜ ਇਹਨਾਂ ਪਸ਼ੂਆਂ ਦੀਆਂ। ਸਭ ਤੋਂ ਪਹਿਲਾਂ ਵੀਰ ਹੈਪੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਹੋਰ ਠੀਕ ਠਾਕ ਬਾਈ ਜੀ? ਹਾਂਜੀ, ਆਪਦੀ ਕਿਰਪਾ ਜੀ। ਠੀਕ ਹੈ ਜੀ। ਅਤੇ ਅੱਛਾ ਹੈਪੀ ਬਾਈ, ਅੱਜ ਪਸ਼ੂ ਆਪਣੇ ਕੋਲ ਟੋਟਲ ਹੈਗੇ ਆ 5 ਆ ਜੀ, 2 ਵੈੜਾਂ ਅਤੇ 3 ਮਹੀਂ ਹੈ। ਤਿੰਨ ਮਹੀਂ ਆ ਅਤੇ 2 ਵੈੜਾਂ ਨੇ। ਹਾਂਜੀ। ਸਾਰੀਆਂ ਸੂਈਆਂ ਸਵਾਏ ਪਸ਼ੂ ਆ? ਨਹੀਂ ਜੀ, ਇੱਕ ਮੈਂ ਗੱਬੜਾਂ ਵਿੱਚੋਂ, ਬਾਕੀ ਸੂਏ ਸਵਾਰੇ। ਇੱਕ ਮਾਝੀ ਗੱਬੜਾਂ, ਬਾਕੀ ਸਾਰੇ ਪਸ਼ੂ ਸੂਏ ਆ। ਅਤੇ ਚੰਗੇ ਪਸ਼ੂ ਵੈਸੇ, ਦੁੱਧ ਤਾਲੇ ਹੀ ਆ ਸਾਰੇ, ਮਾਝਾ ਚੰਗੀਆਂ ਵੱਡੀਆਂ ਲੱਗਦੀਆਂ ਪਈਆਂ ਨੇ। ਅਤੇ ਹੈਪੀ, ਆ ਜਿਹੜੀ ਇੱਕ ਬੂਰੀ ਆ ਗਈ ਆਪਣੇ ਕੋਲ, ਇਹ ਸੰਧੂ ਸਾਹਿਬ ਦੂਜਾ ਸੂਆ, ਝੋਟੀ ਸੂਈ ਆ ਜੀ। ਅੱਛਾ ਜੀ। ਹਾਂਜੀ, ਲਓ ਜੀ ਦੂਜਾ ਸੂਆ ਸੂਈ ਨੂੰ, ਝੋਟੀ ਨੂੰ ਦੂਜਾ ਸੂਆ, ਇਹ ਝੋਟੀ ਸੂਈ ਆ। ਅੱਛਾ, ਚੌਂ ਦਿਨਾਂ ਦੀ ਆ? ਚੌਂ ਦਿਨਾਂ ਦੀ ਭਾਜੀ। ਅੱਛਾ। ਹਾਂਜੀ, ਬੱਚਾ ਮਗਰੇ ਦੇ? ਬੱਚਾ ਕੱਟਾ ਜੀ, ਬੂਰਾ। ਲਓ ਜੀ, ਬੂਰਾ ਕੱਟਾ ਆ ਗਿਆ ਜੀ, ਮਗਰ ਬੂਰੀ ਮੱਝ, ਬੂਰਾ ਕੱਟਾ। ਅਤੇ ਹੈਪੀ, ਅੱਜ 4 ਦਿਨਾਂ ਦੀ, ਹੁਣ ਬੌਲੇ 'ਤੇ, ਬੌਲੇ ਬਾਹਰ ਆਈ ਆ ਜਾਂ ਬੌਲੇ 'ਚ? ਬੌਲਾ ਮੰਨ ਲਿਆ, ਕੋਈ ਦੁੱਧ ਮੰਨ ਲਿਆ, 13 ਕਿਲੋ ਹੋਊਗਾ ਜੀ। 13 ਕਿਲੋ? ਹਾਂਜੀ। ਖੁੱਲ੍ਹਾ ਡੁੱਲਾ ਫਿਰ ਤੇ ਕੰਮ? ਮੈਂ ਕਹਿੰਦਾ ਜੀ ਚਵਾ ਕੇ ਦੇਵਾਂਗੇ ਆਪਾਂ 2 ਟਾਈਮ। ਠੀਕ ਹੈ ਜੀ। ਹਾਂਜੀ। ਅਤੇ ਚੋਣ ਚਾਣ ਫਿਰ ਕਿਹੋ ਜਿਹੀ? ਬਹੁਤ ਜ਼ਿਆਦਾ ਚੰਗੀ ਆ ਜੀ, ਧਾਰਾਂ ਆਪਾਂ ਮਰਾ ਹੀ ਦੇਣੀਆਂ ਵਾ। ਠੀਕ ਹੈ ਜੀ। ਹਾਂਜੀ, ਲਓ ਵੀ ਦੋਸਤੋ, ਮੈਂ ਉਧਰੋਂ ਹੀ ਤੂੜੀ ਤਾੜੀ ਦੀ ਵੇਲੋ, ਕਿੱਡੀ ਤੂੜੀ ਤਾੜੀ ਨੂੰ ਬਹੁਤ ਖਾਂਦੀ ਆ। ਠੀਕ ਹੈ ਜੀ। ਹਾਂਜੀ, ਬਾਕੀ ਚਾਰੂ ਆ ਪੂਰੀ ਕਰਨਾ? ਮੈਂ ਕਹਿੰਦਾ ਬਹੁਤ ਜ਼ਿਆਦਾ ਤੂੜੀ ਤਾੜੀ ਹਮਲਾ ਖਾਈ ਜਾਂਦੀ ਕਰਦੇ, ਤੂੜੀ ਫੱਟੇ ਚੱਕੀ ਜਾਂਦੀ ਹੈ। ਹਾਂਜੀ, ਮਗਰ ਕੱਟਾ ਦੋਸਤੋ, ਕੱਟਾ ਤੁਸੀਂ ਵੇਖੋ, ਪੂਰਾ ਜੰਮਿਆ ਪਲਿਆ ਕੱਟਾ, ਬਹੁਤ ਨਿੱਗਰ ਕੱਟਾ। ਛੋਟੀ ਝੋਟੀ ਨਹੀਂ ਵੀ ਕਹਿ ਦਿੰਦਾ ਨਾ, ਵੇਲੋ ਵੱਡੀ ਝੋਟੀ ਆ ਪੂਰੀ, ਨਹੀਂ ਕੱਦ ਕੁੱਦ ਚੰਗਾ ਵੱਡਾ, ਬੇਲ ਬੂਲ ਸੋਹਣੀ ਹੈ, ਬੂਰੀ ਸੂਟ ਸਾਹ ਚਾਹੀ ਅਜੇ। ਹਾਂ ਹਾਂਜੀ। ਤੇ ਹੁਣ 12-13 ਨੈਟ 13 ਕਿਲੋ ਦੁੱਧ ਪਈ, ਆਪਾਂ ਚਵਾ ਕੇ ਦੇਵਾਂਗੇ, ਇੱਦਾਂ ਵੀ ਖੜੂਗਾ, ਤੇ 12 ਦੇ ਆਪਾਂ ਗਰੰਟੀ ਤੇ ਭੇਜ ਦਾਂਗੇ, 4 ਦਿਨ ਸੂਈ ਨੂੰ ਆ। ਠੀਕ ਹੈ। 2 ਦਿਨ ਰਹੀਦਾ ਆਪਾਂ, 16 ਕਿਲੋ ਦੁੱਧ ਬਣਾ ਕੇ ਦੇਵਾਂਗੇ ਆਪਣੇ ਘਰੇ, 2 ਟਾਈਮ ਭਾਵੇਂ 3 ਟਾਈਮ ਕੋਈ ਚੋਲੇ। ਠੀਕ ਹੈ ਜੀ। ਹਾਂਜੀ, ਲਓ ਦੋਸਤੋ, ਇੱਕ ਵਾਰੀ ਥਣ ਥੋਣਾ ਤੁਸੀਂ ਵੇਖ ਕੇ ਚੈੱਕ ਕਰੋ, ਠੀਕ ਹੈ ਜੀ, ਤੇ ਪੂਰੇ ਲੰਬੇ ਥਣ ਨੇ, ਠੀਕ ਹੈ ਜੀ, ਆਹ ਕਰੋ ਚੈੱਕ। ਮੈਂ ਸਾਨੂੰ ਸਾਹਿਬ ਬਹੁਤ ਹੀ ਜ਼ਿਆਦਾ ਨਿਆਰੀ ਚਵਾਈ ਤੇ। ਲਓ ਜੀ, ਬਾਕੀ ਫੇਸ ਫੂਸ ਕੁਆਲਿਟੀ ਚੰਗੀ ਆ, ਸਿੰਗ ਸੁੰਗ ਬਿਲਕੁਲ ਛੋਟੇ ਜਿਹੇ ਗੁਲਾਈ ਦੇ ਵਿੱਚ। ਅਤੇ ਵੇਲ ਵੇਖੋਗੇ ਦੋਸਤੋ, ਵੇਲ ਵੀ ਵੇਖੋ, ਲੰਬੀ ਪੂਰੀ ਆ, ਕੱਦ ਘੱਟ ਉੱਚਾ ਵੀ ਪੂਰਾ, ਬਾਕੀ ਬਿਊਟੀ ਦੇ ਵਿੱਚ ਵੇਖੋ, ਕਾਫੀ ਖੂਬਸੂਰਤ ਆ, ਠੀਕ ਆ ਜੀ, ਆ ਲੈ ਮਗਰ ਕੱਟਾ। ਹਾਂਜੀ ਹਰਪੀ, ਖੋਲ੍ਹ ਕੇ ਬਾਹਰ ਕੱਢ ਲਈਏ ਇਹਨੂੰ, ਠੀਕ ਹੈ। ਪਸ਼ੂ ਦੋਸਤੋ, ਕਰਮਾਂ ਨਾਲ ਹੀ ਕੋਈ ਚੰਗਾ ਮਿਲਦਾ, ਬਾਕੀ ਤੁਹਾਡੇ ਸਾਹਮਣੇ ਆ, ਜਿਹੜੇ ਵੀਰ ਨੂੰ ਪਸੰਦ ਆਊਗੀ, ਜਜੂਗੀ, ਸੌਦਾ ਤੁਸੀਂ ਕਰ ਲਿਓ। ਬਾਕੀ ਹੈ ਪੋਲੀ ਆ ਬਿਲਕੁਲ, ਹੈ ਮੈਂ ਕਹਿੰਦਾ ਸਾਰੀ ਭਾਜੀ ਸੋਹਣਾ ਹੀ ਆ ਜੀ, ਜੋ ਕਿ ਸਾਫ ਸੁਥਰੀ ਆ। ਲਓ ਜੀ। ਹਾਂਜੀ, ਬਾਕੀ ਕੱਦ ਕਾਠ ਬਹੁਤ ਸੋਹਣਾ, ਉੱਚੇ ਕੱਦ ਕਾਠ ਦੇ ਵਿੱਚ ਆ। ਬੱਚੇ ਜਿਹੜਾ ਜ਼ਿਆਦਾ ਕਰਦੀ ਆ। ਹਾਂਜੀ ਹਾਂਜੀ, ਲਓ ਵੀ ਦੋਸਤੋ, ਬਾਕੀ ਬਾਡੀ ਸਟਰਕਚਰ ਬਹੁਤ ਸੋਹਣਾ, ਪੂਰੇ ਖੁੱਲ੍ਹੇ ਪਿੰਡੇ ਦੀ ਆ, ਚੌੜੇ ਪਿੱਠ ਪੁੜੇ ਦੇ ਵਿੱਚ ਪੂਰੀ ਵੱਡੀ ਝੋਟੀ ਆ, ਪੂਰੀ ਪੂਰੀ ਵੱਡੀ ਆ, ਆਈ ਆ।
ਬਾਕੀ ਦੁੱਧ ਸੋਹਣਾ ਚੰਗਾ ਚਵਾ ਦੂਗੀ। ਹਾਂਜੀ ਤੇ ਹੈਪੀ ਕੀ ਮੁੱਲ ਕਰਦੇ ਆ ਵੀਰੇ ਦਾ? ਸੰਧੂ ਸਾਹਿਬ ਮੁੱਲ ਕਰਨ ਨੂੰ 155 ਕਰ ਲਈਏ, 1.5 ਕਰ ਲਈਏ। ਹਾਂਜੀ ਹਾਂਜੀ 140 ਚੋਂ ਮਾਨ ਤਾਨ ਕਰ ਦਾਂਗੇ। 140 ਚੋਂ? 140 ਚੋਂ ਠੀਕ ਹੈ ਜੀ। ਹਾਂਜੀ 2000 138 ਮੈਂ ਦੇ ਦਾਂਗੇ, 138 ਦੀ। ਹਾਂਜੀ ਲਓ ਵੀ ਦੋਸਤੋ 13 ਕਿਲੋ ਹੁਣ ਮੌਕੇ ਤੇ ਜਿਹੜਾ ਸਾਨੂੰ ਸਾਹਿਬ 13 ਕਿਲੋ ਚਵਾ ਕੇ ਦੇਵਾਂਗੇ ਤੇ ਕੋਈ ਵੀਰ ਸੌਦਾ ਵੀ ਕਰ ਲਿਆ ਆਪਾਂ 16 ਕਿਲੋ ਦੁੱਧ ਬਣਾ ਕੇ ਵੀ ਮੈਂ ਥੱਲਿਓਂ ਦੇ ਦਾਂਗੇ। ਜੀ ਮੈਂ ਚਾਰੂ ਆ ਨਾ, ਆ ਤੂੜੀ ਵੇਲੋ ਸੁੱਕੀ ਤੂੜੀ ਖਾਈ ਜਾਂਦੀ ਮੈਂ। ਲਓ ਵੀ 138 ਦੀ ਦੋਸਤੋ ਇਹ ਮਿਲ ਜੂਗੀ ਤੁਹਾਨੂੰ। ਬਾਕੀ ਚੋਣ ਪਸਮਾ ਇੱਕ ਨੰਬਰ ਆ, ਜਿੱਦਾਂ ਮਰਜ਼ੀ ਕੋਈ ਵੀਰ ਆਣ ਕੇ 2 ਡੰਗ ਚੋਲੇ, 4 ਟਾਈਮ ਚੋਲੇ, ਠੀਕ ਆ। ਅਤੇ ਬਾਕੀ ਸੂਸਵਾ ਦੇ ਵਿੱਚ ਆ ਵੀਰਾਂ ਦਾ ਵੀ ਬੌਲੇ ਤੋਂ ਬਾਹਰ ਹੀ ਸਮਝ ਲਓ, ਕੋਈ ਵੀਰ ਬੌਲੇ ਤੋਂ ਬਾਹਰ ਸਮਝ ਕੇ ਵੀ ਸੌਦਾ ਕਰ ਲਏ ਵੀ 13 ਕਿਲੋ ਦੁੱਧ ਮੰਨ ਕੇ ਅੱਗੇ ਚੰਗੀ ਸੇਵਾ ਕਰ ਲਓਗੇ ਦੋਸਤ, ਦੁੱਧ ਪਲੱਸ ਤੁਸੀਂ ਚੋ ਸਕਦੇ ਜਿਸ ਝੋਟੀ ਦੇ ਥੱਲਿਓ। ਸੰਧੂ ਸਾਹਿਬ ਸੇਵਾ ਕਰਾਂਗੇ ਤੇ 17 ਨੂੰ ਦੇ ਦੂ, 18 ਨੂੰ ਦੇ ਦੂ, ਨਾ ਕਰਾਂਗੇ ਤੇ 12 ਤੋਂ ਵੀ ਉੱਡ ਜਾਣਾ ਜੋ। ਹਾਂ ਬਸ ਜੀ ਇਸੇ ਤਰ੍ਹਾਂ ਹੀ ਹੈ। ਹਾਂਜੀ ਅੱਛਾ ਪੀ ਅਗਲੇ ਦੂਜੇ ਨੰਬਰ 'ਤੇ ਆ ਜਿਹੜੀ ਆਪਣੇ ਕੋਲ ਝੋਟੀ ਆ ਭਰਾ ਸੰਧੂ ਸਾਹਿਬ, ਇਹ ਨੀਲੀ ਦਾ ਵੀਜੀ ਆ। ਅੱਛਾ ਜੀ ਇਹਨੂੰ ਸੂਈ ਨਹੀਂ ਕੋਈ 12 ਤੋਂ 15 ਦਿਨ ਹੋ ਗਏ ਜੋ। 12-15 ਦਿਨਾਂ ਦੀ? ਹਾਂਜੀ ਇਹਦੇ ਮਗਰ ਕੱਟਾ ਜੋ ਬੂਰਾ। ਲਓ ਜੀ ਮਗਰ ਕੱਟਾ ਨੀਲੀ ਦਾ ਅਤੇ ਬੂਰਾ ਕੱਟਾ ਹੀ ਇਹਦੇ ਮਗਰ? ਹਾਂਜੀ ਲਓ ਵੀ ਬੂਰਾ ਕੱਟਾ ਦੋਸਤੋ ਤੇ ਮੱਝ ਤੁਸੀਂ ਵੇਖ ਲਈਏ, ਸੂਆ ਦੂਜਾ ਹੀ ਹੈ, ਦੂਜਾ ਸੂਆ ਸਾਨੂੰ ਸਭ ਝੋਟੀ ਸੂਈ। ਅੱਛਾ 15 ਦਿਨਾਂ ਦੀ ਸੂਈ ਹੈ ਹੁਣ ਦੁੱਧ ਕਿੰਨੇ ਦੇ ਥੱਲੇ? ਮੈਂ ਕਹਿੰਦਾ ਸੂਆ 12 ਕਿਲੋ ਦੁੱਧ ਹੋਊਗਾ ਜੀ। 12 ਕਿਲੋ ਐਂ ਚੋਣ ਵਾਲਾ 2 ਟਾਈਮ ਚਵਾ ਕੇ ਦੇਵਾਂਗੇ ਆਪਾਂ। ਲਓ ਜੀ 12 ਕਿਲੋ ਦੁੱਧ, ਬਾਕੀ ਫੇਸ ਕੁਆਲਿਟੀ ਜਿਹੋ ਜੀ ਮੈਂ ਪਹਿਲਾਂ ਇੱਕ ਬੂਰੀ ਤੁਹਾਨੂੰ ਆਪਾਂ ਦੋਸਤੋ ਝੋਟੀ ਦਿਖਾਈ ਆ, ਬਿਲਕੁਲ ਸੇਮ ਟੂ ਸੇਮ ਉਸੇ ਤਰ੍ਹਾਂ ਦਾ ਫੇਸ ਆ, ਸਿੰਗਾਂ ਦੀ ਗੁਲਾਈ, ਮੂੰਹ ਮੱਥੇ ਦੀ ਵੀ ਉਸੇ ਤਰ੍ਹਾਂ, ਠੀਕ ਆ। ਅਤੇ ਫੇਸ ਕੁਆਲਿਟੀ ਕਾਫੀ ਸੋਹਣੀ ਹੈ। ਬਾਕੀ ਆ ਥਣ ਦੇ ਭਾਅ ਵੇਖੋ, 12 ਕਿਲੋ ਇਸ ਝੋਟੀ ਦੇ ਥੱਲੇ ਦੁੱਧ ਆ। ਤੇ ਕਹਿੰਦਾ ਚਵਾ ਕੇ ਦਾਂ ਸਾਨੂੰ ਸਭ 2 ਟਾਈਮ ਲੈ ਕਰੂੰਗਾ ਨਾ, ਕਹਿਣ ਨਾਲ ਆਪਾਂ ਚਵਾ ਕੇ ਦੇਵਾਂਗੇ। ਅੱਛਾ ਜੀ ਹਾਂਜੀ ਚਵਾਈ 'ਚ ਵੀ ਪੂਰੀ ਪਾਸ ਆ? ਹਾਂਜੀ 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 ਉਹਦੇ ਸਾਨੂੰ ਸਭ ਉਹਦੀ ਕਾਲੀ ਝੋਟੀ ਵੀਰ ਹੋਣਾ ਖੜੀ ਆਪਣੇ ਘਰ, ਉਦੋਂ 10 ਕਿਲੋ ਦੁੱਧ ਉਹਨੇ ਲੀਟਰ ਮਾਰ ਕੇ ਖੜਿਆ ਅਗਲਿਆਂ ਨੇ। ਠੀਕ ਹੈ ਜੀ ਹਾਂਜੀ ਲਓ ਵੀ ਬਾਕੀ ਚੋਣ ਚਾਣ ਪੂਰੀ ਫਿੱਟ ਫਾਟ ਆ ਦੋਸਤੋ, ਪਾਸ ਆ, ਕੋਈ ਵੀਰ 12 ਕਿਲੋ ਚੋ ਕੇ ਆਪਦੀ ਤਸੱਲੀ ਕਰ ਸਕਦਾ। ਇੱਥੇ ਆਓਗੇ 12 ਚਵਾ ਦਾਂਗੇ, ਔਨਲਾਈਨ ਮੰਗਾਊ ਤੇ 11 ਕਿਲੋ ਦੀ ਗਰੰਟੀ ਤੇ ਮੈਂ ਕਰ ਲਾਂਗੇ ਔਨਲਾਈਨ। ਹਾਂਜੀ 10 ਨਿਕਲੇ ਤੇ ਮੈਂ ਵਾਪਸ ਭੇਜ ਦਿਆ ਆਪਣੀ। ਠੀਕ ਹੈ ਵੀਰ। ਹਾਂਜੀ ਠੀਕ ਹੈ ਵੀਰ, ਹੈਪੀ ਹੈ ਵੀ ਖੋਲ ਕੇ ਤੋਰ ਦਈਏ ਮਗਰ ਕੱਟਾ ਦੋਸਤੋ। ਇੱਕ ਪਹਿਲਾਂ ਬੂਰੀ ਦਿਖਾਈ ਉਹਦੇ ਮਗਰ ਵੀ ਮੇਲ ਕਾਫ ਬੂਰਾ, ਇਹਦੇ ਮਗਰ ਵੀ ਬੂਰਾ ਕੱਟਾ। ਬਾਕੀ ਫੇਸ ਕੁਆਲਿਟੀ ਬਹੁਤ ਸੋਹਣੀ ਹੈ, ਸ਼ਕੀਨੀ ਵਾਲੇ ਪਾਸੇ ਵੱਡੀ ਝੋਟੀ ਛੋਟੀ ਨਹੀਂ ਇਹ ਵੀ, ਇਸ ਕਰਨੋਂ ਜਿੰਨੇ ਵੀ ਆ ਕਰਮਾਂ ਦੀ ਨਿੱਗਰ ਆ ਉਹਦੇ ਵੱਡੇ ਕੱਦ ਕੱਟ ਦੇ ਵਿੱਚ ਆ, ਕੋਈ ਛੋਟੀ ਜਿਹੀ ਨਾ ਵੀਰ ਕੋਈ ਤੱਕ ਜਾਂ ਆਈਡੀਆ ਰੱਖ ਕੇ ਸੌਦਾ ਕਰੇ, ਹੈ ਪੂਰੇ ਵੱਡੇ ਕੱਦ ਦੇ ਵਿੱਚ ਆ, ਥਾਂ ਥੁਣ ਵਿਰਲਾ ਦੇ ਵਿੱਚ ਚੂੜੀ ਵਾਲੀ ਨਾ ਬਈ ਉਹ ਐਨਾ ਵੀ ਵੇਲ ਰੱਜੀ ਪੁੱਜੀ ਆ ਉਹਨੇ, ਮੈਂ ਸੂਸ ਆ ਜਿਹੜੇ ਲੱਪਾ ਜਿਹਾ ਲਾਇਆ ਆਣ ਕੇ ਤਾਂ ਉਹ ਲੱਗਦੀ ਆ। ਹਾਂਜੀ ਉਹ ਕੱਲ੍ਹ ਜੇ ਆਪਣੇ ਤੋਂ ਆਈ ਹੋ, ਮੈਂ ਪੈਂਡਾ ਪੂੰਡਾ ਬਥੇਰਾ ਪੈ ਗਿਆ। ਕਹਿੰਦਾ ਵੇਖ ਲਓ ਅਸਲ ਹੀ ਅੱਖ, ਠੀਕ ਹੈ ਜੀ ਆ ਕੁੱਖ ਵੀ ਬਿਲਕੁਲ ਬਿੱਲੀਆਂ ਖਾਣੇ ਅਤੇ ਗਾਂ ਜਿਹੜਾ ਦੋਸਤੋ ਨੀਲੀ ਦੇ ਬੱਚੇ ਵੀ ਵਧੀਆ ਪਾ ਦੂ ਗਰਮਾਂ ਲਈ। ਬਾਕੀ ਹੁਣ ਦੁੱਧ ਅਤੇ ਬਿਹਾਰ 'ਤੇ ਵੀ ਤੁਸੀਂ ਸੌਦਾ ਕਰ ਲਿਓ, 12 ਕਿਲੋ ਹੁਣ ਧਾਰਾਂ ਦੇ ਥੱਲੇ ਮੌਜੂਦ ਆ। ਸਾਨੂੰ ਸਭ 2 ਟਾਈਮ ਆਪਾਂ ਚਵਾ ਕੇ ਦੇਵਾਂਗੇ, ਕਿਸੇ ਕਿਲੋ ਨਾ ਵੀਰ ਜੀ ਕਹਿਤਾ ਜੀ ਇਹ 12 ਕਿਲੋ ਦੇ ਦੂਗੀ, ਇਹ ਕਰੂਗੀ, ਇਸ ਲਈ ਤਿਆਰ ਆ। ਬਿਲਕੁਲ ਬਿਲਕੁਲ ਹਾਂਜੀ ਜੋ ਮੌਕੇ 'ਤੇ ਹਾਜ਼ਰ ਆ ਉਹਦੀ ਗੱਲ ਕਰਦੇ ਪਏ ਹਾਂ ਭਰਾਵੋ, ਜਿਹੜਾ ਹੁਣ ਮੌਕੇ 'ਤੇ ਹਾਜ਼ਰ ਆ। ਦੁੱਧ 12 ਕਿਲੋ, ਅੱਗੇ ਚੰਗੀ ਸੇਵਾ ਉਹੀ ਗੱਲ ਆ ਜਾਂਦੀ ਵੀ ਚੰਗੀ ਸੇਵਾ ਕੋਈ ਵਧਾ ਲਏ, ਠੀਕ ਆ। ਦਰਮਿਆਨੀ ਰਹੀ ਤਾਂ ਬੇਸ਼ੱਕ ਥੱਲੇ ਵੀ ਚੋਵੋਗੇ ਤੁਸੀਂ, ਬਾਕੀ ਚੰਗੀ ਸੇਵਾ ਦੇ ਵਧੇਰੇ ਦੁੱਧ ਲੈ ਸਾਹਿਬ ਇਹ ਆਪਾਂ ਜ਼ਿਆਦਾ ਨਹੀਂ ਕਹਿੰਦੇ, ਸੇਵਾ ਕੱਢੂ 1-2 ਕਿਲੋ ਵੱਧ ਜੂਗੀ ਹੋਰ, ਨਹੀਂ ਤਾਂ 12 ਕਿਲੋ ਝੋਟੀ ਦੁੱਧ ਨਹੀਂ ਮਰਦੀ। ਠੀਕ ਹੈ ਜੀ ਹਾਂਜੀ ਬਾਕੀ ਚੰਗੇ ਲਿਸ਼ਕ ਲੁਸ਼ਕ ਪੂਰੀ ਹੈ, ਸ਼ਾਈਨਿੰਗ ਸ਼ੂਨਿੰਗ ਮੈਂ ਕਹਿੰਦਾ ਸਾਰੀ ਸਾਫ਼ ਸੁਥਰੀ ਵੇਖ ਲਓ, ਕੁਆਲਿਟੀ ਵਾਲੀ ਝੋਟੀ ਪੂਰੀ ਪੂਰੀ। ਲਓ ਨਖੇੜ ਵੇਖ ਲਓ,
ਉਹਨਾਂ ਬੰਦਾ ਜੁੜੇ ਹੁੰਦੇ ਥਾਣ ਮੈਨੂੰ ਖੇਡ ਵੇਲੇ ਕਿਨਾ ਕਿਨਾ। ਅੱਛਾ ਐਪੀ ਕੀ ਮੁੱਲ ਕਰਦੇ ਆ ਇਹਦਾ, ਡਿਮਾਂਡ ਕੀ ਕਰਦੇ ਆ? ਮੁੱਲ ਕਰ ਨੂੰ ਇੱਕ 20 ਕਰ ਲਈਏ, ਇੱਕ 25 ਕਰ ਲਈਏ, ਇੱਕ 15 ਚੋਂ ਮਾਨ ਥਾਨ ਕਰ ਦਾਂਗੇ। ਇੱਕ 15 ਚ ਇੱਕ 12 ਦੀ ਮਹਿਮਾਨਾਂ ਦੇ ਦਾਂਗੇ ਆਪਾਂ। ਠੀਕ ਹੈ ਜੀ, ਹਾਂਜੀ। ਲਓ ਵੀ ਦੋਸਤੋ 1,12,000 ਦੀ ਇਹ ਤੁਹਾਨੂੰ ਮੱਝ ਮਿਲ ਜੂਗੀ, ਉੱਚੋਂ ਆਏ ਦਾ ਵੀਰਦਾ ਛੋਟ ਛੱਪਾ ਕਰਾਂਗੇ। ਠੀਕ ਹੈ ਜੀ, ਜੋ ਕਿ ਇੱਦਾਂ ਮੰਗਾਊਗਾ ਹਰ ਕੇ ਕੋਲ ਫੋਨ ਆ, ਇੱਕ ਟਾਈਮ ਇੱਥੇ ਚੋਲੇ, ਇੱਕ ਟਾਈਮ ਵੀਡੀਓ ਕਾਲ 'ਤੇ ਚਵਾਲੇ। ਠੀਕ ਹੈ ਜੀ, ਮੈਨੂੰ ਤਾਂ ਦੂਰੋਂ ਨਹੀਂ ਕੋਈ ਆ ਸਕਦਾ ਭਰਾ ਦੇ। ਠੀਕ ਹੈ ਜੀ, ਹਾਂਜੀ। ਲਓ ਵੀ ਜਿੱਦਾਂ ਵੀ ਤਸੱਲੀ ਕਿਸੇ ਵੀਰ ਦੀ ਹੁੰਦੀ ਉੱਦਾਂ ਹੀ ਤੁਸੀਂ ਕਰ ਲਿਓ। ਇੱਕ 3 ਨੰਬਰ 'ਤੇ ਆ ਗਈ ਆਪਣੇ ਕੋਲ ਜਿਹੜੀ ਇਹ ਮੱਝ, ਸੰਧੂ ਸਾਹਿਬ ਦੀ ਵੀ ਇੱਕ ਤੋਹਫਾ ਹੀ ਆ, ਅਤੇ ਐਡੀ ਸੀਲ ਸਲੱਗ ਮੈਂ ਨਹੀਂ ਵੇਖੀ ਜਿੱਡੀ ਅਜੇ ਘੰਟਾ ਸਾਈ ਨੂੰ ਆਈ ਨੂੰ ਐਲ ਜਾਈ ਨੂੰ। ਅੱਛਾ, ਇਹ ਗੱਬਣ ਗੱਬਣ ਆ ਜੀ। ਠੀਕ ਹੈ, ਅਜੇ ਸੰਧੂ ਸਾਹਿਬ ਇਹ 10 ਤੋਂ 12 ਦਿਨ ਮੈਂ ਲੈਂਦੀ ਆ। ਲਓ ਵੀ, ਹਾਂਜੀ ਠੀਕ ਹੈ ਜੀ, ਕਰਮ ਵਾਲੀ ਵੀ ਪੰਡਾ ਹੀ ਪਾਊਗੀ। ਮੈਂ ਕਹਿੰਦਾ ਸੰਧੂ ਸਾਹਿਬ ਬਹੁਤ ਰਿਕਾਰਡ ਮੈਂ ਦੱਸਦਾ ਜੀ, ਬਹੁਤ ਜ਼ਿਆਦਾ, ਮਤਲਬ ਸ਼ਾਹੀ ਸ਼ੂਹੀ ਕੋਈ, ਇਹਨੂੰ ਇਹ ਨਹੀਂ ਕਿ ਕੋਈ ਲੱਤੀ ਚੜੀ ਨਹੀਂ, ਕਈ ਡੰਗਰ ਲਸ਼ੂ ਲਸ਼ੂ ਕਰਦਾ ਆਇਆ ਹੁੰਦਾ, ਇੱਕੋ ਘੰਟਾ ਮੈਂ ਆਈ ਨਾ ਵੇਖ ਲਓ ਵੀ ਕਦੋਂ ਬੰਦਾ। ਹਾਂਜੀ, ਨਿੱਘੀ ਪੂਰੀ ਹੈ। ਹਾਂਜੀ, ਲਓ ਵੀ ਹਜੇ ਦੇਰ ਪੁੱਛਿਆ ਕੋਈ ਕਿੰਨੇ ਕੁ ਕਰੰਟ ਸੰਧੂ ਸਾਹਿਬ, ਉਹਨਾਂ ਨੇ ਲਿਖਤੀ ਦੇਣਾ ਤੇ 15 ਦਿਨ ਪਏ ਮੈਂ ਦੇ ਸੂਣ ਚ। ਠੀਕ ਆ ਵੀ ਬਹੁਤ ਬਾਂਦੀ ਸਾਂਦੀ ਆ, ਤੀਜਾ ਸੂਆ ਮੈਂ ਇਹਨੇ ਸੁਣਿਆ ਵਾ 13 ਕਿਲੋ ਦੁੱਧ ਦਿੱਤਾ ਮੈਂ 13 ਤੋਂ 14 ਕਿਲੋ ਦੂਜੇ ਸੂਏ, ਦੂਜੇ ਸੂਏ ਚ। ਹਾਂਜੀ, ਲਓ ਵੀ ਦੋਸਤੋ ਤੀਜਾ ਸੂਆ ਹੁਣ ਸੁਣਾ, ਬਾਕੀ ਨਾੜਾਂ ਨੂੜਾਂ ਵੇਖੋ ਵੇਣ, ਦੁੱਧ ਵਾਲੀਆਂ ਜਿਹੜੀਆਂ ਮੋਟੀਆਂ ਵੇਣ ਨੇ ਕਾਫੀ ਵਲ ਖਾਂਦੀਆਂ ਹੋਈਆਂ ਨਜ਼ਰ ਆਉਣਗੀਆਂ ਤੁਹਾਨੂੰ। ਸੰਧੂ ਸਾਹਿਬ ਵੇਖ ਲਓ ਐਡੀ ਨਿੱਘੀ ਤੇਰੀ, ਘੰਟਾ ਡੰਗਰ ਐਵੇਂ ਲੁਛੂ ਲੁਛੂ ਕਹਿੰਦਾ ਕਿਸੇ ਘਰੋਂ ਮੈਂ ਲਈ ਆਪਾਂ, ਕੋਈ ਡਰਦੀ ਡੁਰਦੀ ਨਹੀਂ, ਨਾ ਨਾ ਕੋਈ ਗੱਲਬਾਤ ਨਹੀਂ, ਤੁਹਾਡੇ ਸਾਹਮਣੇ ਆ ਵੇਖ ਲਓ। ਠੀਕ ਆ ਜੀ, ਜਿੱਦਾਂ ਮਰਜ਼ੀ ਜਿੰਨਾ ਮਰਜ਼ੀ ਉਪਰਾ ਬੰਦਾ ਕੋਲੇ ਖੜਾ, ਆਪਾਂ ਨੇੜਿਓਂ ਬਿਲਕੁਲ ਖੜੇ ਹਾਂ, ਕਿਸੇ ਤਰ੍ਹਾਂ ਦਾ ਕੋਈ ਡਰ ਡੁੱਕਰ ਨਹੀਂ ਹੈਗਾ ਗਾ। ਅਤੇ ਤੀਜਾ ਸੂਆ ਇਹ ਮੱਝ ਸੁਣੀ ਆ, ਅਤੇ ਉੱਚੇ ਗੁਲਾਈ ਦੇ ਵਿੱਚ ਉੱਚੇ ਖੁੱਲ੍ਹੇ ਸਿੰਘ ਆ, ਪਰ ਫੱਬ ਦੇ ਪੂਰੇ ਆ ਮੱਝ ਦੇ ਪਿੰਡੇ ਦੇ ਨਾਲ ਬਣਤਰ ਦੇ ਨਾਲ। ਠੀਕ ਆ, ਪੁੱਠਾ ਪੁੱਠਾ ਬੜਾ ਚੌੜਾ, ਮੈਂ ਤਾਂ ਵੇਖੋ ਬੈਕ ਸਾਈਡ ਤੋਂ ਕਰੋ ਚੈੱਕ, ਸਿੰਗਲ ਹੱਡੀ ਦੀ ਆ ਪੂਰੇ ਚੌੜੇ ਪੁੱਠੇ ਦੇ ਵਿੱਚ। ਆ ਵੇਖ ਲਓ, ਨਹੀਂ ਤਾਂ ਕਈ ਡਰ ਕੇ ਮੈਂ ਹੁਣ ਹੋ ਜਾਂਦੀ, ਹੁਣ ਜਿੱਦ ਨੂੰ ਮਰਜ਼ੀ ਲਾਈ ਫਿਰ ਮੈਂ। ਵੇਖ ਲਓ ਇੱਧਰ ਥਾਣਾ ਥੋੜ੍ਹਾ ਸਾਨੂੰ ਖੇਡ, ਆ ਕਰੋ ਚੈੱਕ ਜੀ। ਲਓ ਵੀ ਦੋਸਤੋ ਇਹ ਗੱਬਣ ਮੱਝ ਆ, ਕੋਈ 8 ਦਿਨ ਲੈ ਜਾਏ, 7 ਦਿਨ ਲੈ ਜਾਏ, 10 ਦਿਨ ਲੈ ਜਾਏ, ਕਰਮਾਂ ਦੀ ਬਣੂਗੀ ਪੂਰਾ ਭਾਂਡਾ ਭੂੰਡਾ, ਬਹੁਤ ਸੋਹਣਾ ਬਖਾਲਾ ਬਣਾ ਕੇ ਤਿਆਰ ਕਰੂਗੀ, ਅਤੇ ਬਾਕੀ ਤੁਹਾਡੇ ਸਾਹਮਣੇ ਆ ਜਿਹੜੇ ਵੀਰ ਨੂੰ ਪਸੰਦ ਆ ਵੇਖੂਗੀ। ਐਡੀ ਠੰਡੀ ਤੇਰੀ ਕਰਮਾਂ ਵਾਲੀ, ਕੋਈ ਲੱਸੂ ਚੌੜੀ ਨੂੰ ਵੇਖ ਲਓ ਮੈਂ ਨੂੰ, ਇਹਦੇ ਕਈ ਡੰਗਰ ਆਇਆ ਕਰ ਜਾਂਦਾ ਵੇਖ ਲਓ। ਬਿਲਕੁਲ ਬਿਲਕੁਲ, ਲੈਰ ਮਾਂ ਨਾ ਖਲੋਤੀ ਨਾ, ਵੇਖ ਲਓ ਇਹ ਵੀ ਖੂਬੀ ਆ, ਖਾਸੀਅਤ ਆ ਕਿਸੇ ਪਸ਼ੂ ਦੀ, ਹੈ ਸਹੀ ਗੱਲ ਆ ਜੀ। ਅਤੇ ਆ ਲਓ ਵੀ, ਜਿੱਦਾਂ ਕਿ ਦੋਸਤੋ ਵੀਰ ਐਪੀ ਦੱਸ ਰਿਹਾ ਵੀ ਅੱਜ ਹੀ ਆਈ ਹੈ ਘਰੇ, ਅਤੇ ਤਕਰੀਬਨ ਨਹੀਂ ਤਾਂ ਪਸ਼ੂ ਜਿਹੜੇ ਦੋਸਤੋ ਕਿੱਲੇ ਧੜਾਉਂਦੇ ਆ। ਮੈਂ ਕਹਿੰਦਾ ਵੇਖ ਮਾਜੀ ਡੱਕ ਲਓ, ਕੋਈ ਪਰਵਾਹ ਨਹੀਂ ਮੈਂ ਨੂੰ, ਪੂਰਾ ਵਜਨ ਆ, ਕੋਈ ਇਹ ਵੀ ਛੋਟੀ ਮੈਂ ਨਾ ਗਿਣੇ ਕੋਈ ਵੀਰ ਆਖੇ, ਵਜਨ ਵਾਲੀ ਮੈਂ, ਬਾਕੀ ਕੱਦ ਵੀ ਵੱਡੀਆਂ ਮੱਝਾਂ 'ਚ ਆ ਜਾਂਦਾ, ਵਜਨ ਲੋੜ ਵੀ ਪੂਰਾ। ਠੀਕ ਆ, ਅਤੇ ਭਾਂਡਾ ਭੂੰਡਾ ਕਾਫੀ ਸੋਹਣਾ ਬਖਾਲਾ ਬਣਾ ਕੇ ਤਿਆਰ ਕਰੂਗੀ, ਹਜੇ ਸਮਾਂ 8 ਲੈ ਜੇ 7 ਲੈ ਜੇ, ਹਫ਼ਤਾ ਵੀਰ ਕੋਈ ਮੰਨ ਕੇ 10 ਦਿਨ ਮੰਨ ਕੇ ਸੌਦਾ ਕਰ ਲਿਓ। ਵੇਖ ਲਓ, ਕੋਈ ਇਹੋ ਜਿਹੀ ਨਹੀਂ ਗੱਲਬਾਤ, ਇਹਨੂੰ ਕੋਈ ਪਰਵਾਹ ਨਹੀਂ, ਲਓ ਇਹੋ ਜਿਹੀ ਗੱਲਬਾਤ ਨਹੀਂ, ਐਂ ਨਿੱਘੀ ਧੀਰੀ ਆ ਮੈਂ ਤੇ। ਬਿਲਕੁਲ ਜੀ ਬਿਲਕੁਲ, ਹਾਂਜੀ ਮਾੜਾ ਬਹੁਤ ਘੱਟ ਪਸ਼ੂ ਇਹੋ ਜਿਹੇ ਠੰਡੇ ਧੀਰੇ ਆਪਾਂ ਦੇਖਦੇ, ਵੇਖ ਲਓ ਕਈ ਡੰਗਰ ਆਇਆ ਹੋਵੇ ਤਾਂ ਲੁਛੂ ਲੁਛੂ ਕਹਿੰਦਾ ਮਨ ਗਾਲੇ ਪਈ ਕਰਮਾਂ ਵਾਲੀ। ਹਾਂਜੀ, ਲਓ ਵੀ ਭਰਾਵੋ ਮੱਝ ਵੈਸੇ ਛੱਡਣ ਵਾਲੀ ਨਹੀਂ ਗੀ, ਬਾਕੀ ਪਸੰਦ ਆਪੋ ਆਪਣੀ ਆ ਤੁਹਾਡੀ, ਜਿਹੜੇ ਵੀਰ ਨੂੰ ਜਜੂ ਪਸੰਦ ਆਊਗੀ ਤੁਸੀਂ ਸੌਦਾ ਕਰ ਲਿਓ। ਠੀਕ ਆ, ਅਤੇ ਠੰਡੇ ਧੀਰੇ ਬਿਲਕੁਲ ਐਨ ਠੰਡੀ ਧੀਰੀ ਆ, ਜਿੰਨੇ ਵੀ ਆ ਵੀ ਬਿਲਕੁਲ ਛੋਟਾ ਜਵਾਕ ਫੜੀ ਫਿਰੇ ਨਾ ਮੈਂ, ਜਿੱਥੇ ਮਰਜ਼ੀ ਮੈਂ ਬੰਦੇ ਕੋਈ ਹਿੱਲੂਗੀ ਨਾ। ਲਓ ਵੀ ਠੀਕ ਆ ਜੀ,
ਸੋ ਚੰਗੀ ਖਾਸ ਸਪੈਸ਼ਲ ਅਤੇ ਕਮਾਲ ਦੀ ਮਾਝਾ। ਬਾਕੀ ਜਿਹੜੇ ਵੀਰ ਨੇ ਪੈਸੇ ਲਾਉਣੇ ਆ ਆਣ ਕੇ ਇੱਕ ਵਾਰੀ ਵੇਖੋ ਇੱਥੇ ਚੀਜ਼ ਕੀ ਆ। ਇਹ ਨਹੀਂ ਹੈਗਾ ਵੀ ਦੋਸਤੋ ਕਿਤੇ ਓਪਰੇ ਬੰਦੇ ਤੋਂ ਕੋਈ ਆਵੇ ਤਾਂ ਵੀ ਡਰੂਗੀ ਇਹ ਮਾਝਾ, ਠੀਕ ਆ। ਅਤੇ ਕਿੰਨਾ ਮੁੱਲ ਕਰਦੇ ਆ ਵੀ ਕੀ ਮੰਗ ਮੁੰਗੇ ਦੀ? ਸਾਨੂੰ ਸਭ ਮੁੱਲ ਕਰਨ ਨੂੰ ਇੱਕ 10 ਕਰ ਲਈਏ, ਇੱਕ 5 ਕਰ ਲਈਏ, ਹਾਂਜੀ ਲੱਖ 'ਚੋਂ ਮਾਨ ਤਾਨ ਕਰ ਦਾਂਗੇ। ਲੱਖ 'ਚੋਂ? ਹਾਂਜੀ ਲਓ ਵੀ ਸ਼ੋਰ ਸ਼ੱਪਾ ਕਰ ਦਾਂਗੇ ਵੀਰ ਦਾ। ਇਹਦਾ ਦੁੱਧ ਵੀ ਸਿੱਧੂ ਸਾਹਿਬ ਵਰਗੀ 14-15 ਕਿਲੋ ਹੀ ਮੈਂ ਦਊਗੀ। ਹਾਂ ਹਾਂਜੀ 14 ਕਿਲੋ ਦੂਜੇ ਸੂਗਾ ਦਿੱਤਾ ਵਾ, ਪਹਿਲਾਂ ਨੇ 12 ਕਿਲੋ ਦੁੱਧ ਦਿੱਤਾ ਵਾ, ਘਰੋਂ ਮੈਂ ਲਈ ਆ, ਪਰ ਡਰੈਸ ਵੀ ਦੱਸ ਦਾਂ ਅਗਲੇ ਦਾ। ਇਹੋ ਜਿਹੀ ਗੱਲ ਹੋ ਜਾਂਦੀ ਨਾ, ਮੈਂ ਦੁੱਧ ਵਾਲੀ ਆ, ਬਾਕੀ ਐਂ ਨਿੱਘੀ ਧੀਰੀ ਵੇਖ ਲਓ ਮੈਂ ਗੱਲਬਾਤ ਨਹੀਂ। ਬਿਲਕੁਲ ਜੀ ਬਿਲਕੁਲ। ਬਾਕੀ ਦੋਸਤੋ ਜਿਹੜਾ ਪਸ਼ੂ ਠੰਡਾ ਧੀਰਾ 100 ਵੱਧਦਾ ਉਸ ਪਸ਼ੂ ਦਾ, ਬਾਕੀ ਅੱਗੇ ਹਰ ਇੱਕ ਵੀਰ ਦੀ ਆਪਾਂ ਆਪਣੀ ਸਮਝ ਆ। ਬਸ ਜੀ ਅਤੇ ਮੁੱਲ ਵੀ ਤੁਹਾਨੂੰ ਦੱਸਤਾ, ਜਿਹੜੇ ਵੀਰ ਨੂੰ ਜਚੂਗੀ ਘਰੇ ਆਣ ਕੇ ਆਪਦੀ ਨਰਕ ਪਰਖ ਕਰ ਲਿਓ ਅਤੇ ਸੌਦਾ ਕਰ ਲਿਓ। ਅੱਗੇ ਆ ਗਈ ਵਹਿੜ ਆਪਣੇ ਕੋਲ, ਇਹ ਸੰਧੂ ਸਾਹਿਬ ਪਹਿਲਾਂ ਵੱਛੀ ਆ, ਆਹ ਮੂੰਹ ਤੋਂ 4 ਦਾਨ ਦਾ ਮੇਰੇ ਖਿਆਲ 4 ਦਾਨ ਦਾ ਸ਼ਾਨ। ਅੱਛਾ ਜੀ। ਅਤੇ ਇਹ ਸਵੇਰੇ ਆਪਾਂ ਕੋਈ 9 ਵਜੇ ਲਿਆਂਦੀ ਆ ਜੀ। ਅੱਛਾ ਹਾਂਜੀ ਠੀਕ ਹੈ ਜੀ। ਅੱਜ ਹੀ? ਹਾਂਜੀ ਹਾਂਜੀ ਚੋ ਕੇ ਲਿਆਂਦੀ ਆ, ਵੱਛੀ ਮਗਰ ਜਿਹਦੇ ਵੇਲੋ ਮਗਰ ਵੀ ਵੱਛੀ ਆ ਗਈ। ਹਾਂਜੀ ਮਗਰ ਵੱਛੀ ਇਹਦੇ। ਲਓ ਜੀ ਦਿਨ ਕਿੰਨੇ ਹੋ ਗਏ ਨੂੰ ਸੁਣੀ ਸਾਹਿਬ? ਸੁਣੀ ਨੂੰ 10-12 ਦਿਨ ਹੋ ਗਏ ਆ। 10-12 ਦਿਨਾਂ ਦੀ? ਹਾਂਜੀ ਮਗਰ ਬੱਚਾ ਵੀ ਮਾਂ ਦੇ ਉੱਪਰ ਹੀ ਆ। ਮੈਂ ਕਹਿੰਦਾ ਬਹੁਤ ਤਗੜੀ ਵੱਛੀ ਆ, ਵੇਖ ਲਓ ਵੱਛੀ, ਵੇਖੋ ਦੋਸਤੋ ਪੂਰੀ ਨਿੱਗਰ ਤੇ ਚੰਗੀ ਰਾਂਡੀ ਦੀ ਸੰਦਾ ਬੜੀ ਵੱਛੀ ਕਰ ਮਾਰ ਲਈ ਦੋ। ਅੱਛਾ ਦੁੱਧ ਹੁਣ ਕਿੰਨਾ ਚੁਆਇਆ? ਇਸ ਟਾਈਮ 10 ਕਿਲੋ ਦੁੱਧ ਹੈ, 10 ਹੋ ਜਾਈ 11 ਵਜੇ। ਠੀਕ ਹੈ। ਇਹਨਾਂ ਦੁੱਧ ਤੇਰੇ ਵੱਛੀ ਦਾ 15 ਕਿਲੋ ਤੁਹਾਨੂੰ ਸਭ ਕਰੂਗੇ। ਠੀਕ ਹੈ ਜੀ। 4-5 ਦਿਨ ਸਾਹਮਣੀ ਪੈਣੀ ਆ। ਲਓ ਜੀ ਹੁਣ 12-13 ਹੈਗਾ? ਮੈਂ ਨਹੀਂ ਜਦੋਂ 10 ਕਿਲੋ ਦੁੱਧ ਹੈ ਮੈਂ ਚੋਸ ਕੇ ਮਾਰਨਾ, 12-13 ਕਿਲੋ ਦੁੱਧ 14-15 ਕਿਲੋ ਮੈਂ ਚਵਾ ਗਿਆ ਜਦੋਂ 4 ਦਿਨ ਸਾਂਭੀ ਗਈ ਦਾ। ਠੀਕ ਹੈ ਜੀ। ਅੱਜ ਹੀ ਆਈ ਆ ਇਹ ਜਾਂ ਮੈਂ ਅੱਜ ਹੀ ਆਈ ਹਾਂ ਦੋਵੇਂ? ਠੀਕ ਹੈ ਜੀ ਠੀਕ ਹੈ। ਲਓ ਦੋਸਤੋ 10 ਕਿਲੋ ਦੁੱਧ ਆ ਅਤੇ ਸੂਈ ਨੂੰ ਕੋਈ 12-13-14 ਦਿਨ ਜਿੱਥੇ ਵੀ ਤੁਹਾਡਾ ਕੋਈ ਵੀ ਸਾਹਿਬ ਉਹ 10 ਦਿਨ ਜਿਹੜੇ ਕੋਈ 12 ਦੀ ਮੰਨ ਲਏ, ਠੀਕ ਹੈ। ਮਗਰ ਬੱਚੀ ਛੋਟੀ ਨਹੀਂ ਵੀ ਬੱਚਲ ਬੱਚੀ ਜਿਨੀ ਜੋ ਕਿ ਸਾਫ਼ ਸੁਥਰੀ ਆ, ਬੱਚੇ ਤੋਂ ਵੇਖ ਕੇ ਪਤਾ ਲੱਗ ਜੂਗਾ ਤੁਹਾਨੂੰ 12-13-14 ਦਿਨਾਂ ਦੀ ਇੱਥੇ ਜਿਹੜੀ ਹੈਗੀ ਆ ਬੈੜ। ਅਤੇ 10 ਕਿਲੋ ਦੁੱਧ ਦਾ ਪਹਿਲਾ ਸੂਆ ਸੂਈ ਆ, ਕਦ ਕੁਦ ਵੈੜ ਦਾ ਚੰਗਾ ਮੂੰਹ ਚੌਗੀ ਹੈ? ਚੌਗੀ ਚੌਗੀ ਸੰਧੂ ਸਾਹਿਬ ਸਰ, ਦੂਜੇ ਸੂਆ ਨੂੰ ਵੱਛੀ ਬਣ ਜੂਗੀ, ਵਾਕਿਫ ਹੈਗੀ ਚੀਜ਼ ਆ। ਕੁਆਲਿਟੀ ਆ ਤੇ ਨਹੀਂ ਵੱਛੀ ਦੇ ਵਿੱਚ ਕੋਈ ਸ਼ੱਕ ਨਹੀਂ, ਪਰ ਥਣ ਥੋੜਾ ਛੋਟਾ ਨਹੀਂ ਗਾ ਪਤਾ? ਮੈਂ ਕਹਿੰਦਾ ਸੰਧੂ ਪਸਮਾ ਕੇ ਬਹੁਤ ਵਧੀਆ ਥਣ ਬਣਾਏ ਜਾਂਦੇ ਆ। ਅੱਛਾ ਜੀ। ਜਦ ਇਹਦਾ ਆਪਾਂ ਧਾਰਾ ਮਰਾ ਹੀ ਦੇਵਾਂਗੇ। ਠੀਕ ਆ ਠੀਕ। ਹਾਂਜੀ ਫਿਰ ਏਡੀ ਨਿੱਘੀ ਧੀਰੀ ਕਰਮਾਂ ਲਈ ਲਓ, ਭਾਵੇਂ ਇੱਦਾਂ ਹੀ ਚੁੰਮੜੇ ਲਓ ਥੱਲੇ ਲਓ, ਇੱਧਰ ਹਿੱਲੋ ਲਓ, ਲੈ ਨਿੱਘੀ ਧੀਰੀ ਆ, ਜਿੱਦਾਂ ਮਰਜ਼ੀ ਚੁੰਮੜੇ ਲਓ ਲਓ ਜੀ। ਠੀਕ ਆ। ਸੋ ਥਾਣਾ ਜਿਹੜੇ ਦੋਸਤੋ ਹੱਥੀ ਚਵਾਈ ਵਾਲੇ ਨਿਕਲ ਹੀ ਆਉਂਦੇ ਆ, ਦੂਜੇ ਸੂਏ ਦਾ ਚੀਜ਼ ਬਣ ਜੂ ਇੱਕ ਤੇ ਨਹੀਂ ਚੰਗੇ ਸੋਹਣੇ ਕੱਦ ਜਾਂ ਲਵੀ ਹੈ ਨਾਲੇ। ਹਾਂਜੀ ਅਤੇ ਲਿਓ ਵੀਰ ਹੈਪੀ। ਸੋ ਦੋਸਤੋ ਹੁਣ 10 ਕਿਲੋ ਦੁੱਧ ਦਾ ਪੱਕਾ ਦੁੱਧ ਜਿਹੜਾ 10 ਕਿਲੋ ਆ ਤੁਹਾਨੂੰ ਸਾਹਿਬ, ਦੁੱਧ 14-15 ਕਿਲੋ ਕੋਲ, ਪਰ ਆਪਾਂ 10 ਕਿਲੋ ਕਹਿ ਕੇ ਦੇਣੀ ਹੁਣ। ਠੀਕ ਆ। ਜਿੰਨਾ ਕੁ ਹੈਗਾ ਵਾ ਮੈਂ ਕਹਿੰਦਾ ਪੈਸੇ ਤੇਰੇ 13 ਕਿਲੋ ਆ, 13 ਨਿਕਲੇ ਨਾ ਫਾਇਦਾ ਕੋਈ ਨਹੀਂ ਗਾ ਜੀ। ਇੱਦਾਂ ਕੋਈ ਵੀਰ ਔਨਲਾਈਨ ਮੰਗਾ ਲਏ ਤਾਂ 9 ਕਿਲੋ ਦੀ ਗਰੰਟੀ ਦੇ ਭੇਜ ਦੂੰਗਾ, ਇੱਥੇ ਚੋਲੇ 10 ਚਵਾ ਦੂੰਗਾ, ਜੇ 4 ਦਿਨ ਵਹਿਰ ਸਾਂਭੀ ਗਈ ਫਿਰ ਜਦੋਂ 14-15 ਕਿਲੋ ਚਵਾ ਕੇ ਦੇਵਾਂਗੇ ਆਪਾਂ। ਗੱਲ ਉਹੀ ਨਾ ਵੀ ਜਿਹੜਾ ਆਪਾਂ ਚਵਾ ਦੇਣਾ। ਹਾਂਜੀ ਤਾਂ ਕਹਿਣ ਨੂੰ ਤਾਂ ਕਿਹੜਾ ਵੀ ਅੱਗੇ 12 ਕਹਿ ਦੋ 14 ਕਹਿ ਦੋ, ਪਰ ਜਿਹੜਾ 10 ਕਿਲੋ ਚਵਾ ਕੇ ਦੇਵਾਂਗੇ। ਠੀਕ ਹੈ ਜੀ। ਬਾਕੀ ਜੋੜੀ ਬਹੁਤ ਖੂਬਸੂਰਤ ਆ, ਮਗਰ ਵੱਛੀ ਬੜੀ ਟੌਪ ਦੀ ਆ, ਮਗਰ ਸਾਲ ਨੇ ਵੱਛੀ ਬਣ ਜਾਣੀ ਆ, ਮਗਰ ਵੱਛੀ ਵੀ ਪੂਰੀ ਭੁਲੇਖੇ ਹਾਂਜੀ ਵੇਖ ਲੈ ਹੁੰਦਾ ਕਿੱਡੀ ਵੱਛੀ ਚੰਗੀ ਆ, ਉਹਦੇ ਸਾਲ ਨੇ ਵੀ ਨਾਲ ਬਰਾਬਰ ਵੇਖ ਲੈ ਥਾਂ ਥੂਣ ਕਿੱਡਾ ਵੱਛੀ ਨੂੰ ਚੰਗਾ ਲੱਗਿਆ ਦੇਖੋ। ਲਓ ਥਾਂ ਬਹੁਤ ਟੌਪ ਦਾ ਲੱਗਾ ਨੂੜੀ ਤੇਜ਼ ਵੜੀ, ਲਓ ਬਹੁਤ ਸੋਹਣੀ ਵੱਛੀ ਆ ਹੈਪੀ, ਬਹੁਤ ਵਧੀਆ ਕਮਾਲ ਦੀ ਜੋੜੀ ਆ। ਅਤੇ ਕੀ ਮੁੱਲ ਕਰਦੇ ਹਾਂ, ਕਿੱਥੋਂ ਤੱਕ ਆਪਾਂ ਦੇ ਦੇਣੀ ਹੈ?
ਸਾਨੂੰ ਸੌ ਲੋਕ ਇਹੋ ਜਿਹੇ 55,000 ਵੀ ਮੰਗਦੇ, 50 ਵੀ ਮੰਗਦੇ ਆ, ਨਾ ਆਪਾਂ 50 ਮੰਗਣਾ ਨਾ 55 ਮੰਗਣਾ, 45,000 ਚੋਂ ਮਾਨਤਾ 42,000 ਦੀ ਵਰਸ਼ ਸਭ ਦੇ ਦਾਂਗੇ, 42,000 ਹਾਂਜੀ ਲਓ ਨਿੱਗੀ ਧਰੀ ਤੋਂ ਸਾਨੂੰ ਹੁਣ 10 ਕਿਲੋ ਚਵਾ ਕੇ ਦੇਵਾਂਗੇ, ਦੋ ਚਾਰ 13-14 ਕਿਲੋ ਵਸੀ ਚਵਾ ਦੂ, 42,000 ਤੋਂ ਛੋੜ ਛੱਪਾ ਹੋਊਗਾ, 42,000 ਦੇ ਵਿੱਚੋਂ ਛੋੜ ਛੱਪਾ, ਹਾਂਜੀ ਠੀਕ ਹੈ ਜੀ। ਮਗਰ ਵੱਛੀ ਤੁਹਾਨੂੰ ਦਿਖਾਤੀ ਹੈ ਤਸੱਲੀ ਨਾਲ, ਜੋੜੀ ਸੋਹਣੀ ਆ, ਜਿਹੜੇ ਵੀਰ ਨੂੰ ਪਸੰਦ ਆਊਗੀ ਸੌਦਾ ਕਰ ਲਿਓ, ਠੀਕ ਹੈ। ਅੱਗੇ ਆ ਗਈ ਆਪਣੇ ਕੋਲ ਲਾਸਟ ਵਿੱਚ ਹੈਪੀ ਆ ਜਿਹੜੀ ਬੈਡ, ਸੰਧੂ ਸਾਹਿਬ ਇਹਦਾ ਵਰ ਦਾ ਬੱਚਾ ਨਹੀਂ ਹੈਗਾ, ਬਿਨ ਬੱਚਿਓ ਆ, ਹਾਂਜੀ ਹਾਂ, ਦੁੱਧ ਦਾ ਟਾਈਮ 9 ਵਜੇ 10 ਵਜੇ ਠੀਕ ਆ, ਮੈਂ ਚਵਾ ਕੇ ਦੇਵਾਂਗੇ ਆਪਾਂ, ਠੀਕ ਹੈ ਜੀ, ਹਾਂਜੀ 9-10 ਤੇ ਚੱਲਣ ਡਈ ਆ, ਹਾਂਜੀ ਤੇ ਸਮਾਂ ਕੋਈ ਕਿੰਨਾ ਕੁ? ਸੰਧੂ ਸਾਹਿਬ ਆਪਾਂ ਪਿਛਲੀ ਵੀਡੀਓ ਤੇ ਗਾਂ ਪਾਈ, ਬੱਚਾ ਇਹਦਾ ਮਗਰ ਹੈਗਾ, ਬੱਚਾ ਗਿਆ ਮਾਰਸ ਹੋਈ 20 ਦਿਨਾਂ ਦਾ ਸੀ, ਅਗਲਾ ਵੀਰ ਕੱਢ ਕੇ ਵੇਖਦੇ, ਹਾਂਜੀ ਅੱਛਾ ਪਿਛਲੀ ਵੀਡੀਓ ਦੇ ਵਿੱਚ ਪਾਈ ਸੀ, ਹਾਂਜੀ ਸੂਆ ਦੂਜਾ ਦੱਸਿਆ ਸੀ, ਦੂਜਾ ਸੂਆ 6 ਦੰਦ ਜੰਮੂ ਤੋਂ ਪਿਓਰ, 9-10 ਕਿਲੋ, ਹਾਂਜੀ 9 ਕਿਲੋ ਕੋਈ ਮੰਨ ਕੇ ਵੀਰ ਲੈ ਲਿਆ, ਚੋਣ ਚਾਣ ਪੂਰੀ, ਮੈਂ ਕਹਿੰਦਾ ਬਹੁਤ ਜ਼ਿਆਦਾ ਚੰਗੀ ਚੁਆਈ ਦੀ ਤੇ, ਠੀਕ ਆ ਜੀ, ਹਾਂਜੀ ਲਓ ਦੋਸਤੋ ਚੋਣ ਚਾਣ ਪੂਰੀ ਓਕੇ ਆ, ਤੇ 9-10 ਕਿਲੋ ਹੁਣ ਦੁੱਧ ਦਾ, ਤੇ ਇਸੇ ਤਰ੍ਹਾਂ ਬਸ ਬਹਿ ਕੇ ਆਪਾਂ ਚੁਆਈ ਕਰ, ਹਾਂਜੀ ਹਾਂਜੀ ਉਹ ਵੰਡ ਪਾ ਕੇ ਅੱਗੇ ਜਿੱਦਾਂ ਵੰਗਾ ਪਾ ਕੇ ਜਿੱਦਾਂ ਮਰਜ਼ੀ ਚੋਲੋ, ਜਿਹੜਾ ਮਰਜ਼ੀ ਚੋਲੇ ਕੋਈ ਗੱਲਬਾਤ ਨੀ, ਠੀਕ ਹੈ ਜੀ, ਹਾਂਜੀ ਚੋਣ ਚਾਣ ਬਹੁਤ ਜ਼ਿਆਦਾ ਪੋਲੀ ਆ, ਕੱਦ ਕੁੱਦ ਵੀ ਉੱਚਾ ਵੱਡਾ, ਸਾਨੂੰ ਤਾਂ ਪੂਰੀ ਵੱਡੀ ਉਹ ਛੋਟੀ ਨਹੀਂ ਗਈ, ਲਓ ਜੀ ਸੋ ਵੱਡੀ ਆ ਦੋਸਤੋ। ਇੱਕ ਅੱਜ ਤੋਂ ਕੁਝ ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ, ਉਹਦੇ ਵਿੱਚ ਬੱਚਾ ਵੀ ਤੁਹਾਨੂੰ ਦਿਖਾਇਆ ਸੀ ਇਸੇ ਬੈਡ ਦਾ, ਤੇ ਹੁਣ ਉਹ ਬੱਚਾ ਜਿਹੜਾ ਮਰ ਚੁੱਕਿਆ ਜੀ ਬਿਨ ਬੱਚੇ ਤੋਂ ਆ, ਬਾਕੀ ਜਿਹੜੇ ਵੀਰ ਨੂੰ ਜਚੂਗੀ ਤੁਸੀਂ ਸੌਦਾ ਕਰ ਲਓ, ਅਗਲਾ ਕਿਸੇ ਨੂੰ ਜਿਹਦਾ ਅਗਲਾ ਬੱਚਾ ਡਾਕੇ ਫੇਰ ਪਾਲਿਆ ਆਪਾਂ ਕੰਮ ਨਹੀਂ ਕਰਨਾ, ਹਾਂਜੀ ਬਸ ਚਲੋ ਜੇ ਘਾਟੇ ਵਾਧੇ ਕਰਮਾਂ ਦੇ ਹੋਏ, ਜੇ ਘਾਟਾ ਆਪਾਂ ਵੀ ਨਫੇ ਕਹਿੰਦੇ ਲੈਣੇ, ਘਾਟਾ ਵੀ ਆਪਾਂ ਹੀ ਪਾਉਣਾ ਜੇ ਨਫੇ ਆਪਾਂ ਲੈਣੇ ਦੇ, ਸਹੀ ਹੈ ਸਹੀ ਹੈ। ਤੇ ਲਿਆਓ ਵੀਰ ਹੈਪੀ ਹੈ ਵੀ ਖੋਲ ਕੇ ਤੋਰ ਦਈਏ ਵੀ 9 ਕਿਲੋ ਦੋਸਤੋ ਦੁੱਧ ਮੰਨ ਕੇ ਕੋਈ ਸੌਦਾ ਕਰ ਲਏ, ਠੀਕ ਹੈ। ਇਸੇ ਤਰ੍ਹਾਂ ਪਹਾੜਾ ਵੱਡਾ ਬੇਸ਼ੱਕ ਅੱਗੇ ਪਾ ਕੇ ਕੋਈ ਵੀਰ ਬਹਿ ਕੇ ਚਵਾਈ ਕਰ ਸਕਦਾ, ਅਤੇ ਕੱਦ ਵੱਡਾ ਬੈਡ ਦਾ ਡੱਬੀ ਆ ਬੈਡ, ਠੀਕ ਹੈ ਜੀ, ਆਹ ਲਓ ਕੋਈ ਆਹ ਲਓ ਆਹ ਕਰੋ ਚੈੱਕ, ਆਹ ਕਰੋ ਗੱਲਬਾਤ, ਠੀਕ ਆ। ਸੋ ਕੱਦ ਵੱਡਾ, ਬਾਕੀ ਪੂਰੀ ਡਿਟੇਲ ਜਿਹੜੀ ਤੁਹਾਨੂੰ ਮਿਲ ਹੀ ਚੁੱਕੀ ਆ, ਜਿਹੜੇ ਵੀਰ ਨੂੰ ਪਸੰਦ ਆ ਸੌਦਾ ਕਰ ਲਿਓ। 9 ਕਿਲੋ ਹੁਣ ਦੁੱਧ ਦੇ ਥੱਲੇ ਹਾਜ਼ਰ, ਠੀਕ ਹੈ ਬਾਈ, ਸਮਝੋ ਛੋਟੀ ਬੈਡ ਨਹੀਂ ਕੋਈ, ਹਾਂ ਅੱਛਾ। ਅੱਜ ਕਿੰਨੇ ਦੀ ਦੇ ਦੇਣੀ ਬਾਈ ਹੈ? ਸੰਧੂ ਸਾਹਿਬ ਉਸ ਦਿਨ ਆਪਾਂ ਮੁੱਲ ਕਿਸੇ ਦਾ 35,000 ਤੇ 30,000 ਦੀ ਬੈਡ ਵੇਚੀ ਸੀ ਆਪਾਂ, 500 ਰੁਪਇਆ ਸਾਹਿਬ ਨੇ ਫੋਨ ਫਾਲੇ ਨੂੰ ਚੁੱਕਾ, ਚਲੋ 100 ਗੱਲਬਾਤ ਹੋ ਜਾਂਦੀ ਆ, ਹੁਣ 25,000 ਚ ਮਾਨਤਾਨ ਕਰ ਦਾਂਗੇ, 25,000 ਚੋਂ 22,000 ਤੋਂ 200 ਰੁਪਇਆ ਛੋਟ ਕਰਾਂਗੇ, 22,000 ਚੋਂ ਮੈਂ ਕਹਿੰਦਾ 9 ਕਿਲੋ ਦੁੱਧ ਆਪਣੇ ਘਰੇ ਕੋਈ 3 ਦਿਨ ਚੋਈ ਜਾਵੇ, ਲਓ ਦੋਸਤੋ 9 ਕਿਲੋ ਦੁੱਧ ਚੋਗੇ ਤਸੱਲੀ ਕਰ ਲਿਓ 22,000 ਦੇ ਵਿੱਚ, ਜ਼ਿਆਦਾ ਗੱਲ ਹੋ ਮਗਰਲੀ ਵੀਡੀਓ ਵੀ ਕੱਢ ਕੇ ਅਗਲੇ ਨੂੰ ਵਿਖਾ ਦਾਂਗੇ, ਅਗਲਾ ਵੇਖ ਵੀ ਲਵੇ, ਠੀਕ ਹੈ ਸਾਡੇ ਚੈਨਲ ਤੇ ਪਾਈ ਆਪਾਂ, ਅੱਜ ਤੋਂ ਕੋਈ 7-8 ਦਿਨ ਪਹਿਲਾਂ ਹੀ ਪਾਈ, 7 ਕੁ ਦਿਨ, ਠੀਕ ਹੈ ਜੀ। ਲਓ ਦੋਸਤੋ ਇਹ ਪਸ਼ੂ ਸੀਗੇ, ਅੱਜ 5 ਟੋਟਲ, 3 ਮੱਝਾਂ ਦਿਖਾਤੀਆਂ ਤੁਹਾਨੂੰ, ਇੱਕ ਬੂਰੀ ਮੱਝ ਦਿਖਾਈ ਆਪਾਂ ਪਹਿਲੇ ਨੰਬਰ 'ਤੇ, ਚੰਗੀਆਂ ਨੇ 12-12, 13-13 ਕਿਲੋ, ਅਤੇ ਦੋਸਤੋ ਇਹ ਜਿਹੜੀਆਂ ਮੱਝਾਂ ਚੱਲਣ ਡੀਆਂ, ਜਿਹੜੀਆਂ ਪਹਿਲੇ ਅਤੇ ਦੂਜੇ ਨੰਬਰ 'ਤੇ ਆਪਾਂ ਤੁਹਾਨੂੰ ਦਿਖਾਈ, ਇੱਕ ਨੀਲੀ ਸਿਰੀ ਆ, ਮੈਂ ਕਹਦੀ ਆ ਵੀ ਏਡੀ ਮੈਂ ਚਾਰੂ ਆ, ਦੁੱਧ ਜ਼ਿਆਦਾ ਨਹੀਂ, 15-16 ਕਿਲੋ ਆਪਾਂ ਚਵਾ ਕੇ ਲਾਇਆ, ਟਾਈਮ 13 ਕਿਲੋ ਦੁੱਧ ਹੋਊਗਾ ਮਿਹਨਤੀ ਵਾਲਾ, ਆ ਚੌਥਾ ਦਿਨ ਮੈਂ ਸੋਈ ਨੂੰ ਆ, ਠੀਕ ਆ ਜੀ, ਠੀਕ ਆ। ਅਤੇ ਹੈਪੀ ਬਾਈ ਬੋਲ ਦਿਓ ਨੰਬਰ, ਜਿਹਦਾ ਫੋਨ ਨੰਬਰ ਹੈਗਾ ਆਪਣਾ 84463-7572, ਪਿੰਡ ਆਪਣਾ ਬੁਰਜ ਨੱਥੂਗਾ, ਜ਼ਿਲ੍ਹਾ ਤਰਨ ਤਾਰਨ, ਤਹਿਸੀਲ ਪੱਟੀ ਆ ਜੀ।
ਠੀਕ ਹੈ ਬਾਈ। ਇਹ ਭਾਜੀ ਲੋਕ ਹੈ ਜਿਹੜੇ ਬੁਰਜ ਪੈਂਦਾ ਕਿੱਥੇ ਭਾਜੀ, ਇਹ ਸਰਿਆਲੀ ਤੋਂ ਪੱਟੀ ਰੋਡ ਉਹ ਉੱਤੇ ਪੈਂਦਾ ਵਾ, ਇਹ ਕੁਹਾਰੀ ਗੱਲ ਆ ਕੇ ਬੁਰਜ ਉਹ ਕਹਿ ਦਿੰਦੇ, ਉਹ ਨਹੀਂ ਵੀ ਪੱਟੀ ਤੋਂ ਸਰਿਆਲੀ ਰੋਡ ਉੱਤੇ ਆ ਬੁਰਜ, ਆਹਮੋ ਸਾਹਮਣੇ ਇੱਕ ਨੱਥੂ ਗਏ ਤੇ ਕਰਾਏ ਗਏ ਆ। ਬਿਲਕੁਲ ਜੀ ਬਿਲਕੁਲ। ਹਾਂਜੀ ਅਬ ਦੋਸਤੋ, ਹਰੀ ਕੇ ਪੱਤਣ ਤੋਂ 15 ਕਿਲੋਮੀਟਰ ਅੱਗੇ ਸਰਿਆਲੀ ਆ, ਸਰਿਆਲੀ ਤੋਂ ਜਿਹੜਾ ਰੋਡ ਜਿਹੜੀ ਸੜਕ ਪੱਟੀ ਨੂੰ ਆਉਂਦੀ ਆ, ਉਸੇ ਸੜਕ ਦੇ ਉੱਪਰ ਜਿਹੜਾ ਇਹ ਪਿੰਡ ਆ ਬੁਰਜ ਨੱਥੂ ਗਏ ਅਤੇ ਬੁਰਜ ਰਾਇਕ ਕੇ, ਆਹਮੋ ਸਾਹਮਣੇ ਪਿੰਡ ਨੇ, ਕੰਡਿਆਲਾ ਇੱਕ ਪਾਸੇ ਅਤੇ ਸਰਾਲੀ ਮੰਡ ਇੱਕ ਪਾਸੇ ਆ ਜਾਂਦਾ, ਬਿਲਕੁਲ ਸਰਾਲੀ ਮੰਡ ਦੇ ਨਾਲ ਹੀ ਪਿੰਡ ਆ ਜਿਹੜੇ ਵੀਰ ਨੂੰ ਪਤਾ। ਸੋ ਖਾਸ ਵਿਜ਼ਿਟ ਤੁਸੀਂ ਕਰ ਲੈਣੀ ਆ, ਆਣ ਕੇ ਨਿਰਖ ਫਰਕ ਕਰੋ, ਤਸੱਲੀ ਕਰੋ, ਜਿੰਨੇ ਵੀ ਪਸ਼ੂ ਆਪਾਂ ਦਿਖਾਏ ਆ। ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।